ਇਦਰਾ ਨਿਕਿਆ ਆ ਦੁਨੀਆਂ ਲਾ ਜ਼ਰਾ ਆ ਮੇਰਾ ਪੁੱਤ ਲਾ ਇਹਨਾਂ ਨੂੰ ਬਕਾਇਆ ਨੂੰ ਆਹ ਦਗਾਣ ਲੱਗਦੀ ਐ ਅਸਲਾਮੁਆਲਿਕ ਉਸਤਾਦ ਜੀ ਵਾਲੇਕਮ ਸਲਾਮ ਜੀ ਕੀ ਹਾਲ ਚੱਲ ਠੀਕ ਠਾਕ ਹੋ ਅੱਲਾ ਦਾ ਕਰਮ ਅੱਛਾ ਖੁਰਿਆ ਲਵਾਉਣੀ ਸੀ ਜਾਨਵਰ ਨੂੰ ਹਾਂਜੀ ਲਿਓ ਭਾਜੀ ਤੇ ਕਿੰਨੇ ਪੈਸੇ ਲੈਂਦੇ ਖੁਰਿਆ ਲਾਉਂਦੇ ਐ 700 ਰੁਪਏ ਲਈਦਾ ਜੀ ਅੱਛਾ ਤੇ ਜੇ ਜੀ ਤੁਹਾਨੂੰ ਘਰ ਲਾ ਕੇ ਮਤਲਬ ਜਾਨਵਰ ਸਾਡਾ ਘਰੇ ਆ ਤੇਰੇ ਦੇ ਘਰ ਅਸੀਂ ਯਾਰ ਜਾਂਦੇ ਨਹੀਂ ਅੱਛਾ ਤੇ ਜੇ ਘਰ ਲੈ ਜਾਣਾ ਵਾ ਤੇ ਫਿਰ ਅਸੀਂ ਦੋ ਰੁਪਇਆ 2000 ਲਵਾਂਗਾ ਅੱਛਾ ਤੇ ਲੈ ਕੇ ਵੀ ਤੁਸੀਂ ਜਾਣਾ ਤੇ ਛੱਡ ਕੇ ਵੀ ਤੁਸੀਂ ਜਾਣਾ ਚਲੋ ਠੀਕ ਹੈ ਜਿੰਨੇ ਪੈਸੇ ਕਹੋਗੇ ਤੁਹਾਨੂੰ ਦੇ ਦਾਂਗੇ ਲੇਕਿਨ ਕੰਮ ਸੋਣਾ ਕਰਨਾ ਮੇਰਾ ਭਰਾ ਹਾਂਜੀ ਕੰਮ ਸੋਣਾ ਕਰਨਾ ਵਾ ਭਾਈ ਸੋਣਾ ਹੀ ਕਰਨਾ ਹੈ ਕਿ ਗਲਤ ਕਰਨਾ ਹੈ ਆਪੇ ਸੀ ਤੁਹਾਡਾ ਨਾਮ ਸੁਣਿਆ ਵੀ ਭਾਈ ਮੱਖੀ ਖੁਰੀਆਂ ਵਾਲਾ ਨਾ ਅੱਲਾਹ ਦੀ ਰਹਿਮਤ ਨਾ ਜੀ ਆ ਤਾਂ ਤੁਸੀਂ ਆਓ ਮੇਰੇ ਨਾਲ ਤੁਹਾਨੂੰ ਮੈਂ ਲੈ ਜਾਣਾ ਵਾ ਨਾਲ ਠੀਕ ਆ ਤੇ 2000 ਰੁਪਇਆ ਤੁਹਾਨੂੰ ਮੈਂ ਦਵਾ ਦਿੰਨਾ ਵਾ ਚਲੋ ਇਹ ਲੈ ਕੇ ਵੀ ਤੁਸੀਂ ਜਾਣਾ ਤੇ ਛੱਡ ਕੇ ਵੀ ਤੁਸੀਂ ਜਾਣਾ ਤੁਸੀਂ ਬੇਫਿਕਰ ਹੋ ਜਾਓ ਤੁਹਾਨੂੰ ਮੈਂ ਲੈ ਜਾਣਾ ਤੇ ਛੱਡ ਕੇ ਵੀ ਜਾਵਾਂਗਾ ਮੋਟਰਸਾਈਕਲ ਤੇ ਆ ਤੁਸੀਂ ਸਮਾਨ ਸਮੋੜਾ ਦਾ ਪੈਕ ਕਰ ਲਵੋ ਆ ਮੈਂ ਕਿਹਾ ਜਾ ਕੇ ਆ ਪੋਤੇ ਦਾ ਕੰਮ ਕਰ ਤੇ ਮੈਂ જરા ਹੋ ਗਿਆ ਇਧਰੋਂ ਹੈ ਚਲੋ ਠੀਕ ਹੈ ਚਲੋ ਜੀ ਆਜੋ ਆਸਮਾਨ ਇਹਦੇ ਵਿੱਚ ਸਾਰਾ ਹੋਈ ਆ ਚੱਲ ਇਹਦੇ ਨਾਲ ਤੁਸੀਂ ਕੰਮ ਕਰੋ ਮੈਂ ਆ ਲੈ ਜਾਣਾ ਚਲਾਓ ਫਿਰ ਮੇਰੇ ਨਾਲ ਚਲੋ ਜੀ ਪੈਸਿਆਂ ਦੀ ਟੈਨਸ਼ਨ ਲੈਣੀ ਨਹੀਂ ਭੋਰਾ ਵੀ ਚਲੋ ਜੀ ਅੱਲਾ ਖੈਰ ਕਰੇ ਕਿੱਥੇ ਈ ਡੇਰਾ ਆਪਣਾ ਆ ਆ ਗਿਆ ਡੇਰਾ ਇੱਥੀ ਆ ਤਾਂ ਪੈਸੇ ਦੀ ਟੈਨਸ਼ਨ ਨਹੀਂ ਲੈਣੀ ਮੇਰਾ ਭਰਾ ਕੰਮ ਸੋਹਣਾ ਕਰੀ ਲਾਂਭਾ ਨਾ ਹੋਵੇ ਕੰਮ ਭਾਜੀ ਸੋਹਣਾ ਹੀ ਕਰੀਦਾ ਆ ਸਮਝ ਲੱਗੀ ਨਾ ਮੈਂ ਬੜਾ ਨਾਂ ਸੁਣਿਆ ਵੀ ਭਾਈ ਮੱਖੀ ਖੁਰੀਆਂ ਵਾਲਾ ਮਸ਼ਹੂਰ ਆ ਆਦਮੀ ਹੈ ਹੈ ਅੱਲਾ ਹੀ ਰਹਿਮਤ ਦਾ ਕੰਮ ਸੋਹਣਾ ਹੀ ਹੋਵੇ ਜੀ। ਜੀ। ਉਹ ਆ ਗਿਆ ਭਾਈ ਖੁਰਿਆਲਾ। ਅੱਛਾ ਆ ਜੀ ਆਜੋ ਭਾਈ ਆਜੋ। ਅਸਲਾਮੁਅਲੈਕਮ ਜੀ। ਵੈਲਕਮ ਸਲਾਮ ਜੀ। ਆਓ ਜੀ ਬੈਠੋ। ਬਿਸਮਿਲਲਾਹ ਜੀ। ਹੋਰ ਭਾਜੀ ਕੋਈ ਖਾਣਾ ਪੀਣਾ ਵਾ? ਨਹੀਂ ਜੀ ਨਹੀਂ ਬਸ। ਨਹੀਂ ਐ। ਨਹੀਂ ਨਹੀਂ ਭਾਜੀ ਖੁਰੀਆਂ ਲੰਗਦਾ ਵਾ। ਅੱਛਾ ਥੈਲਾ ਤੇ ਨਾਈਆਂ ਵਾਲਾ ਫੜਿਆ ਉਹ ਫਿਰ ਜਿਹੜਾ ਘਰਾਂ ਨੂੰ ਜਾਂ ਕੰਮ ਜਾ ਕੇ ਕਰਦੇ ਨਾ ਉਹ ਫਿਰ ਥੈਲੇ 'ਚ ਸਮਾਨ ਪਾ ਲੈਂਦੇ ਫਿਰ ਜਿੰਨਾ ਕੁ ਚਾਹੀਦਾ ਵਾ ਅੱਛਾ ਅੱਛਾ ਉਹਨੂੰ ਬਕਾਇਦਾ ਸੈਟਅਪ ਸਾਰਾ ਦੁਕਾਨ ਤੇ ਲੱਗਾ ਹੋਇਆ ਤੇ ਨਿਆਣਿਆਂ ਦੀਆਂ ਸੁਨਤਾ ਸੰਤਾ ਵੀ ਕਰ ਲੈਣੇ ਆ ਖਤਨੇ ਜਿਹੜੇ ਨਿਆਣਿਆਂ ਦੇ ਹਜ਼ਾਰ ਪਹਿਲੇ ਵੇਖ ਲਓ ਹਾਂ ਫਿਰ ਮੈਨੂੰ ਦੱਸ ਦਿਓ ਖਤਨੇ ਕਰਾਉਣੇ ਆ ਕਿ ਕੀ ਗੱਲ ਬਾਤ ਆ ਹਜ਼ਾਰ ਜਿਹੜੇ ਨਾ ਭਾਜੀ ਇਹ ਖੁਰੀਆਂ ਲਾਉਣ ਵਾਲੇ ਆ ਇਹ ਖਤਨੇ ਕਰਨ ਵਾਲੇ ਨੇ ਅੱਛਾ ਅੱਛਾ ਆ ਜਿਹੜਾ ਹਜ਼ਾਰ ਆ ਇੱਕ ਕੱਟਣ ਵਾਲਾ ਨਹੀਂ ਤਾਂ ਫੇਣ ਵਾਲਾ ਹੈਣ ਵਾਲਾ ਜੀ ਹਾਂਜੀ ਹਾਂਜੀ ਉਹ ਜਿਹੜੀ ਕੋ ਸਾਹਦ ਖੁਰੀ ਨਾ ਫਿਰ ਉਹ ਨੂੰ ਤੋੜ ਪਾਉਂ ਉਹ ਫਿਰ ਅੱਛਾ 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 ਨਹੀਂ ਉਹ ਤੁਹਾਡਾ ਉਹ ਜਿਹੜੇ ਪਿੰਡਾਂ ਦੇ ਵਿੱਚ ਸਾਡੇ ਹੁੰਦੇ ਰੇ ਨਾ ਨਾਈ ਹਾਂਜੀ ਜਿਹੜੇ ਬੱਚਿਆਂ ਦੇ ਖਤਨੇ ਕਰਦੇ ਉਹ ਇਦਾਂ ਦੇ ਗੱਟਪ ਹੁੰਦੇ ਰਹਾ ਉਹਨਾਂ ਦੇ ਉਹ ਫਿਰ ਇੰਜ ਜਿਹੜਾ ਮਜ਼ਦੂਰ ਆਦਮੀ ਦਾ ਭਾਜੀ ਫਿਰ ਹਾਂਜੀ ਤੇ ਤੇਰੀਆਂ ਕਿੰਨੇ ਕੀਤੀਆਂ ਸੀ ਮੇਰੀਆਂ ਭਾਈ ਉਹ ਪਿੰਡ ਸਾਡਾ ਨਾਈ ਆ ਅੱਛਾ ਉਹ ਛੋਟੇ ਹੁੰਦੀ ਤੇ ਗੱਲ ਆ ਉਦੋਂ ਕੀਤੀਆਂ ਸੀ ਉਹਨੇ ਕੀ ਕਹਿੰਦਾ ਸੀ ਉਹ ਕਹਿੰਦਾ ਵੀ ਉਹ ਵੇ ਹੁਤੇ ਚਿੜੀ ਜਾਣ ਡਈ ਆ ਹਾਂ ਤੇ ਮੈਂ ਫਿਰ ਉੱਥੇ ਵੇਖਿਆ ਹਾਂ ਤੇ ਥੱਲੇ ਚਿੜੀਆਂ ਨਹੀਂ ਸੀ ਉਹ ਪਾਜੀ ਚਿੜੀ ਤੇ ਉੱਤੇ ਆ ਥੱਲੇ ਕਿੱਥੇ ਨਜ਼ਰ ਆਉਣੀ ਸੀ ਜਦੋਂ ਉਹਨੇ ਕਿਹਾ ਜੋ ਚਿੜੀ ਉੱਤੇ ਆ ਹਾਂ ਤੇ ਜਦੋਂ ਥੱਲੇ ਮੂੰਹ ਕਰਨਾ ਚਿੜੀ ਉੱਥੇ ਤੇ ਨਹੀਂ ਨਾ ਹੋਣੀ ਚਿੜੀ ਤੇ ਉੱਤੇ ਉੱਡਣ ਡਈ ਹੈ ਹਾਂਜੀ ਹਾਂਜੀ ਕਿੰਨੇ ਕ ਦਿਨ ਹੋ ਗਏ ਕੰਮ ਕਰਦਿਆਂ ਨੂੰ ਜੀ ਜ਼ਾਦੀਓ ਫਰਦਾਦੀਓ ਕਰਨ ਦਾ ਹੈ ਮਤਲਬ ਕੋਈ 15 20 ਦਿਨ ਹੋ ਗਏ ਨੇ ਹੈ ਉਹ ਪਾਜੀ 15 20 ਦਿਨ ਕੋਈ ਇੱਧਰ ਦਾਦੇ ਦੀ ਮਠਿਆਈ ਲੈ ਕੇ ਆਇਆ ਤੁਹਾਡੇ ਵੱਲ ਮਤਲਬ ਪਹਿਲੇ ਦਾਦਾ ਆਇਆ ਫਿਰ ਅੱਬਾ ਆਇਆ ਫਿਰ ਅਸੀਂ ਆਏ ਆ ਜੀ ਨਹੀਂ ਸਾਰਿਆਂ ਦਾ ਇਦਾਂ ਹੀ ਹੁੰਦਾ ਹੈ ਉਹ ਹੋਰ ਕਿਹੜਾ ਅਸੀਂ ਪਹਿਲੇ ਆਏ ਆ ਤਾਂ ਬਾਅਦ ਚ ਦਾਦੇ ਨੇ ਆਉਣਾ ਹੈ ਦਾਦਾ ਪਹਿਲੇ ਹੀ ਹੁੰਦਾ ਹੁੰਦਾ ਬਾਜੀ ਪਹਿਲੇ ਹੀ ਆਏ ਤੇ ਤੁਸੀਂ 15 20 ਦਿਨ ਦੀ ਗੱਲ ਕਰਨ ਦਾ ਹੈ ਸਾਲਾਂ ਦੀ ਗੱਲ ਕਰੋ ਗੱਲ ਦਾਦੇ ਕਿਹੜਾ ਕੋਈ ਮੈਡੀਕਲ ਸਟੋਰ ਤੋਂ ਮਿਲਦੇ ਆ ਜੀ ਜਿਹੜੇ 15 20 ਦਿਨ ਹੋ ਗਏ ਲੈ ਜਾਂਦਾ ਦਾਦਾ ਮਤਲਬ ਕਿੰਨੇ ਕਿ ਚਿਰ ਹੋ ਗਿਆ ਕੰਮ ਕਰਦੇ ਆ ਕੰਮ ਕਰਦੇ ਆ ਜੀ ਮੈਨੂੰ ਤਾਂ 20 ਸਾਲ ਹੋ ਗਏ ਐਹੀ ਕੰਮ ਕਰਦੇ ਆ ਹੋਰ ਕੋਈ ਕੰਮ ਨਹੀਂ ਕੀਤਾ ਕੰਮ ਭਾਜੀ ਮਸ਼ਹੂਰ ਹੈ ਭਾਜੀ ਉਹ ਪਰਦਾਦਿਓ ਕਰਨਾ ਹੈ ਜਿੱਦਦੀ ਪੁਸ਼ਟੀ ਕੰਮ ਆ ਤੇ ਘਰ ਦਾ ਕੰਮ ਨਹੀਂ ਕਰਦਾ ਘਰ ਦਾ ਕੰਮ ਜੀ ਸਵਾਣੀਆਂ ਨੇ ਕਰਨਾ ਜੀ ਅਸੀਂ ਕਰਨਾ ਨਹੀਂ ਨਹੀਂ ਮਤਲਬ ਕਿ ਦੁੱਧ ਲੈ ਆਂਦਾ ਦਹੀਂ ਲੈ ਆਂਦਾ ਬਾਹਰੋਂ ਆਟਾ ਓਟਾ ਲੈ ਆਂਦਾ ਉਹ ਵੀ ਬੱਚੇ ਮਾਸ਼ਾਅੱਲਾ ਜਵਾਨ ਨੇ ਅੱਛਾ ਪੁੱਤਰ ਵੱਡਾ ਹੈਗਾ ਵਾ 15 ਸਾਲਾਂ ਦਾ ਉਹ ਲੈ ਆਂਦਾ ਸਮਾਨ ਸੂਣ ਪੜਦਾ ਅੱਛਾ ਅੱਛਾ ਤੁਸੀਂ ਨਹੀਂ ਪੈਸੇ ਦਿੰਦੇ ਉਹਨੂੰ ਕਿਨੂੰ ਉਹਨੂੰ ਕਾਹਦੇ ਆ ਰਾਸ਼ਨ ਰੂਸ਼ਨ ਦੇ ਘਰ ਯਾਰ ਕੈਸੀਆ ਗੱਲਾਂ ਕਰ ਰਹੇ ਆ ਭਾਜੀ ਉਹ ਭਾਜੀ ਅਸੀਂ ਦੇਨੇ ਆ ਪੈਸੇ ਹੋਰ ਕਿਸੇ ਦੇ ਬਾਹਰੋਂ ਦੇਨੇ ਅੱਛਾ 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 ਥੋੜੇ ਹਮ ਮਾਹੌਲੇ ਦੇ ਬੜੇ ਲਿਖੇ ਬੱਚਿਆਂ ਦੇ ਕੋਲ ਕਿੱਥੋਂ ਹੁੰਦੇ ਆ ਆਖਰਾ ਜਾਦ ਕੇ ਉਹਨਾਂ ਨੂੰ ਤੇ ਸਵੇਰੇ ਸਕੂਲ ਜਾਣ ਲੱਗੇ ਆਪਣਾ ਕੋਈ ਲੰਗਰ ਪਾਣੀ ਚਾਹੀਦਾ ਐ ਦੁਰਮਟ ਗਿਆ ਜੀ ਤੁਹਾਡੇ ਕੋਲ ਹਾਂਜੀ ਜੀ ਆਹ ਭਾਈ ਇਹ ਕਿਨਾ ਜੀ ਇਹਨਾਂ ਦਾ ਦੁਰਮਟ ਵਾਹ 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 ਹਾਂਜੀ ਇਹ ਬਚਪਨ ਤੋਂ ਮੇਰੇ ਕੋਲ ਹੀ ਹੈ ਅੱਛਾ ਜੀ ਹਾਂ ਇਹ ਐਨਾ ਕੀ ਇਹ ਕੀੜੇ ਚ ਹੋਇਆ ਜੀ ਨਹੀਂ ਨਹੀਂ ਉਹ ਮਤਲਬ ਹੈ ਨਿਕਾ ਜਿਆਸੀ ਕਾ ਨਿਕਾ ਜਿਆਸੀ ਮਿਸਾਲ ਪਤਾ ਨਹੀਂ ਕੀੜੇ ਚ ਹੋਇਆ ਕਿ ਪਤਾ ਨਹੀਂ ਲਾਲ ਬੇਗ ਚ ਹੋਇਆ ਇੰਨਾ ਕੀ ਨਹੀਂ ਨਹੀਂ ਉਹ ਨਿਕਾ ਜਿਆਸੀ ਦਾ ਬਸ ਉਦੋਂ ਦਾ ਹੀ ਨਾ ਉਦੋਂ ਦਾ ਹੀ ਤੁਹਾਡੇ ਕੋਲ ਹਾਂਜੀ ਉਦੋਂ ਦਾ ਮੇਰੇ ਕੋਲ ਹੀ ਆਇਆ ਇਹ ਇਹ ਜਦੋਂ ਨਿਕਾ ਜਿਆਸੀ ਕਿਸੇ ਦੇ ਪੈਰਪੂਰ ਥੱਲੇ ਨਹੀਂ ਆਇਆ ਨਹੀਂ ਨਹੀਂ ਬੜਾ ਤੇਜ਼ ਸੀ ਇਹ ਅੱਛਾ ਜੀ ਹਾਂਜੀ 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 ਬੜਾ ਤੇਜ਼ ਹੈ ਤੇ ਹੁਣ ਲੈਣ ਦਾ ਬੰਦਾ ਤੂੰ ਬੰਦਾ ਭਾਈ ਲੈਦਾ ਪੂਰੇ ਸ਼ਹਿਰ ਦੇ ਵਿੱਚ ਉਹ ਕਿਤੇ ਕੋਈ ਉਹ ਨਾ ਉਹ ਨਾ ਹੋਵੇ ਤੂੰ 70 80 ਰੁਪਏ ਮਕਾ ਕੇ ਲੈ ਆ ਆ ਲੈ ਆ ਬਾਅਦ ਚ ਰੋਲਾ ਪਵੇ ਭਾਈ ਉਥੇ 2000 ਰੁਪਏ ਮੁਕੇ ਆ ਇੰਦੇ ਨਾਲ ਅੱਛਾ ਠੀਕ ਇਹਨੂੰ ਛੱਡ ਕੇ ਵੀ ਲੈ ਕੇ ਵੀ ਆਇਆ ਨਾ ਹਾਂ ਤੇ ਹੁਣ ਮੈਂ ਛੱਡ ਕੇ ਵੀ ਜਾਣਾ ਵਾ ਸਹੀ ਠੀਕ ਇਹਨੂੰ ਮੈਂ 2000 ਰੁਪਏ ਨਾਲ ਕੋੜਾ ਕੋੜਾ ਦੇਣਾ ਕੋਈ ਭਾਜੀ ਕੋੜਾ ਕੀ ਹੋ ਗਿਆ ਹੁਣ ਤੇ ਸਾਈਕਲ ਹੀ ਨਹੀਂ ਨਿਆਣੇ ਦੀ 2000 ਦੀ ਹੋਗੀ ਉਹ ਵੀ 16 17000 ਦੀ ਹੈ ਭਾਜੀ ਭਲਾ ਕੀ ਕਹਿੰਦੇ ਆ ਇਹਨਾਂ ਦਰ ਦੀਆਂ ਗੱਲਾਂ ਕਰਨ ਦਾ ਹੈ ਇਹਨਾਂ ਦਾ ਮਕਸਦ ਇਹ ਸਾਨੂੰ ਕੰਮ ਕਰਨ ਜਾ ਰਹੇ ਨੇ ਆਪਣੇ ਕੋਲੇ ਤੇ ਪਿੱਛੋ ਕੋਈ ਦੁਕਾਨ ਤੋਂ ਕੰਮ ਮੜੇਗਾ ਹਾਂ اچھا ਭਾਜੀ ਅਸੀਂ ਇਹਨੂੰ ਦੱਸਿਆ ਏ ਉੱਥੇ ਆਣ ਕੇ ਨੇ ਪੁੱਛਿਆ ਜੀ ਕਿੰਨੇ ਪੈਸੇ ਲੈਣੇ ਆਂ ਹਾਂਜੀ 80 ਰੁਪਈਆ ਜੀ 700 ਲਈਦਾ 1000 ਲਈਦਾ ਅੱਛਾ ਜੀ ਇਹਨੇ ਕਿਹਾ ਜੀ ਕੰਮ ਜਾਣਾ ਜੀ ਘਰ ਜਾ ਕੇ ਡੇਰੇ ਸਾਡੇ ਤੇ ਮੈਂ ਕਿਹਾ ਯਾਰ ਇੱਥੇ ਲੈ ਆ ਖੁਰੀਆਂ ਲਾਉਣੀਆਂ ਜੀ ਇਹਨੇ ਕਿਹਾ ਕਿ ਜੀ ਨਹੀਂ ਤੁਸੀਂ ਚੱਲੋ ਸਾਡੇ ਨਾਲ ਤੇ ਕੀ ਲਾਹੋਗੇ ਮੈਂ ਅਗਰ ਰੁਪਈਆ 2000 ਲਵਾਂਗਾ ਹਾਂ ਤੇ ਭਾਈ ਲੈ ਕੇ ਵੀ ਤੂੰ ਜਾਣਾ ਤੇ ਛੱਡ ਕੇ ਵੀ ਤੂੰ ਜਾਣਾ ਔਰ ਇਹਨੂੰ ਪੁੱਛ ਲਓ ਖੁਰੀ ਮੈਂ ਲਾਉਣ ਡਿਆ ਹੀ ਅਜ ਇੱਕ ਖੁਰੀ ਬਦਲੀ ਐ ਤੇ ਬੰਦਾ ਆ ਗਿਆ ਤੇ ਮੈਂ ਮੁੰਡੇ ਨੂੰ ਉਹ ਜਾ ਕਾ ਮੇਰਾ ਸ਼ਾਗਿਰਦ ਆ ਮੈਂ ਆ ਗਿਆ ਪੁੱਤਰ ਕੰਮ ਕਰਦੇ ਲੈ ਆਇਆ ਚਲੋ 1000 ਠੀਕ ਆ ਕੋਈ ਜ਼ਿਆਦਾ ਪੈਸੇ ਨਹੀਂ ਹੈਗੇ ਨਹੀਂ ਨਹੀਂ 2000 ਭਾਜੀ ਹਾਂਜੀ 1000 2000 ਇੰਜ ਹੁੰਦਾ ਹੈ ਇੱਥੇ 2 ਦਾ ਹਿਸਾਬ ਪਾਉਣਾ ਅੱਛਾ ਪਿੱਛੇ ਤੈਨੂੰ ਉਹੀ ਰਹਿਣ ਦੇਣਾ ਅੱਛਾ ਅੱਛਾ ਚਲੋ ਤੇ ਮਤਲਬ ਕਿ ਕੋਈ ਜਾਨਵਰ ਦਾ ਨਾ ਬਹੁਤਾ ਨਹੀਂ ਵੱਡਣਾ ਖੁਰੀ ਇੰਜ ਲਾਉਣੀ ਹੈ ਕਿ ਜਾਨਵਰ ਨੂੰ ਪਤਾ ਵੀ ਨਾ ਲੱਗੇ ਮੈਂ ਕਿਹਾ ਭਾਜੀ ਇਨਸ਼ਾਅੱਲਾ ਇਦਾਂ ਹੀ ਹੋਏਗਾ ਅੱਜ ਤਾਂ ਕਈ ਡਾਕਟਰ ਹੁੰਦੇ ਨੇ ਉਹਨਾਂ ਦਾ ਹੱਥ ਬਹੁਤ ਭਾਰਾ ਹੁੰਦਾ ਉਹ ਇੰਜ ਟੀਕਾ ਲਾਉਂਦੇ ਤੇ ਜਾਨ ਕੱਢ ਦਿੰਦੇ ਕਈ ਐਸੇ ਹੁੰਦੇ ਆ ਕਿ ਟੀਕਾ ਲਾਉਂਦੇ ਤੇ ਪਤਾ ਹੀ ਨਹੀਂ ਲੱਗਣ ਦਿੰਦੇ ਕਿ ਕਿਸੇ ਨੇ ਟੀਕਾ ਲੱਗਾ ਹੈ ਕਿ ਨਹੀਂ ਲੱਗਾ ਇਹ ਅੱਗਿਓ ਭਾਜੀ ਜਾਨਵਰਾਂ ਦਾ ਵੀ ਹਿਸਾਬ ਹੁੰਦਾ ਨਾ ਜਿਵੇਂ ਬੰਦੇ ਥੋੜ੍ਹ ਦਿਲੇ ਆ ਕਿਸੇ ਨੂੰ ਟੀਕਾ ਲਾਸ਼ਾਂ ਐ ਡੀਆਂ ਡੀਆਂ ਹੁੰਦੀਆਂ ਟੀਕਾ ਹਜੇ ਲੱਗਦਾ ਨਹੀਂ ਤੇ ਪਹਿਲਾਂ ਹੀ ਕਰਦੇ ਨੇ ਓਏ ਹਜੇ ਟੀਕਾ ਲੱਗਦਾ ਨਹੀਂ ਕਿੱਦਾਂ ਕਰਦੇ ਆ ਆ ਟੀਕਾ ਹਜੇ ਲੱਗੇ ਆਉਂਦਾ ਵਾ ਹਾਂ ਉਹ ਜੇ ਸੂਈ ਲੱਗਦੀ ਨਹੀਂ ਮਾਚ ਤੇ ਪਹਿਲੇ ਓਏ ਹਾਂ ਉਹ ਜੇ ਡਾਕਟਰ ਕਹਿੰਦਾ ਉਹ ਭਰਾਵਾ ਅੱਖਾਂ ਖੋਲ ਟੀਕਾ ਤੇ ਮੇਰੇ ਅੱਜ ਪੜਿਆ ਹੈ ਹਾਂ ਇਹ ਭਾਈ ਇਹਦਾ ਨਾਂ ਜੀ ਜਾਨਵਰ ਨੇ ਭਾਜੀ ਇਹਦਾ ਇਹ ਨਾਂ ਆ ਪੂਰੇ ਫੈਸਲਾਬਾਦ ਦੇ ਵਿੱਚ ਦਾ ਨਾਮ ਆ ਵੀ ਖੁਰੀਆਂ ਲਾਂ ਦੇ ਵਿੱਚ 1 ਨੰਬਰ ਤੇ ਆ ਹਾਂ ਠੀਕ ਹੈ ਇਹਨਾਂ ਦਾ ਲਾਂ ਮਾ ਨਹੀਂ ਹੁੰਦਾ ਮੱਖੀ ਖੁਰੀਆਂ ਵਾਲਾ ਭਾਈ ਜੀ ਆ ਕੇ ਤੁਸੀਂ ਜਿਹੜੇ ਮਰਜੀ ਪੁੱਛ ਲਵੋ ਆਪਣੇ ਫੈਸਲਾਬਾਦ ਦੇ ਕਿਸੇ ਵੀ ਨੁਕਰ ਤੋਂ ਕਿ ਮੱਖੀ ਖੁਰੀਆਂ ਵਾਲਾ ਅੱਲਾ ਦੀ ਰਹਿਮਤ ਨਾਲ ਜਿਹੜਾ ਇੱਕ ਵਾਰੀ ਕੰਮ ਕਰ ਦੇਈਦਾ ਤਸੱਲੀ ਬਖਸ਼ ਕੰਮ ਕਰੀਦਾ ਪੈਸੇ ਨਜਾਇਜ਼ ਨਹੀਂ ਲਈਦੇ ਜਾਇਜ਼ ਲਈਦੇ ਭਾਈ ਤੁਹਾਨੂੰ ਤੁਹਾਡਾ ਹੱਕ ਮਿਲੇਗਾ ਭਾਈ ਨੂੰ ਬੜੀ ਪਸੰਦ ਆ ਇਹ ਚੀਜ਼ ਭਾਈ ਕਹਿੰਦਾ ਵੀ ਜਦੋਂ ਜਾਨਵਰ ਜਾਵੇ ਨਾ ਸੜਕ ਤੇ ਕੱ ਦੱਸੋ ਭਾਜੀ ਆ ਮਤਲਬ ਜੇ ਫਿਲਮਾਂ ਚ ਆਵਾਜ਼ਾਂ ਨਹੀਂ ਹੁੰਦੀਆਂ ਹੁੰਦੀਆਂ ਹਾਂ ਕਿ ਜਾਨਵਰ ਜਾ ਰਿਆ ਹੁੰਦਾ ਪੜਕ 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 ਇਹ ਘੋੜੇ ਦੀ ਆਵਾਜ਼ ਹੀ ਹੈ ਨਾ ਇਹ ਘੋੜੇ ਦੀ ਆਵਾਜ਼ ਲਗੀ ਜੀ ਆ ਪੜਕ 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 ਹਾਂ ਇਹ ਕਿਸੇ ਗੰਦੇ ਬੰਦੇ ਦੀ ਆਵਾਜ਼ ਆ ਘੋੜੇ ਦੀ ਆਵਾਜ਼ ਹੁੰਦੀ ਆ ਟਪ 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 ਉਹ ਫਿਲਮ ਨਹੀਂ ਵੇਖੀ ਮੌਲਾ ਜੱਟ ਹਾਂ 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 ਤੇ ਵੇਖੀ ਹੈ ਨਹੀਂ ਥਾਪਾਂ ਸੁਣੀਆਂ ਨਹੀਂ ਆਹੋ ਹੀ ਘੋੜੇ ਦੀ ਆਵਾਜ਼ ਇਹੋ ਜੀ ਆਵਾਜ਼ ਹਾਂ ਹਾਂ ਇਹ ਤੁਸੀਂ ਕੱਢਣੀ ਆ ਘੋੜੇ ਨੇ ਆ ਕੱਢਣੀ ਆ ਹਾਂ ਹਾਂ ਇਹ ਤੁਸੀਂ ਕੱਢਣੀ ਹੈ ਤੇ ਲਿਆਓ ਭਾਜੀ ਜਾਨਵਰ ਆਪਣਾ ਲਿਆਓ ਮੁੰਡਾ ਪਿੱਛੇ ਇਕੱਲਾ ਨਿਕਾ ਤੇ ਗਾ ਗੂ ਕੋਥੇ ਫਾਇਏ ਦੋ ਰੇੜੇ ਖਲੋਤੇ ਸੀ ਜਾਨਵਰ ਲਿਓ ਲਿਆਓ ਯਾਰ ਸ਼ਰਾਦ じゃ ਲਿਆ ਯਾਰ ਜਾਨਵਰ ਲਿਓ ਜੀ ਤੇ ਇੱਥੇ ਹੀ ਹਾਂਜੀ ਹਾਂਜੀ ਇੱਥੇ ਹੀ ਲਾ ਦਿਓ ਬਸ ਬਿਸਮਿਲਲਾ ਬੁੰਨਣ ਵਾਸਤੇ ਇਧਰ ਨਾਲ ਗੱਲ ਲਾਈ ਜੇ ਤੁਹਾਨੂੰ ਕੈਸੇ ਲਾਉਣੀਆਂ ਨੇ ਖੁਰੀਆਂ ਦਾ ਰੇਗ ਲੱਗੇ ਤੇ ਕੀ ਹੋਣਾ ਚਾਹੀਦਾ ਖੁਰੀਆਂ ਕਾਧੀਆਂ ਨੇ ਆਪਣੇ ਕੋਲ ਲੋਹੇ ਦੀਆਂ ਖੁਰੀ ਆਪਣੇ ਕੋਲ ਜੀ ਦੇਗੀ ਲੋਹੇ ਦੀ ਹੁੰਦੀ ਹੈ ਅੱਛਾ ਲੈ ਯਾਰ ਜਾਨਵਰ ਤੇ ਉਹ ਲਗਣੀਆਂ ਜੀ ਖੁਰੀਆਂ ਅੱਛਾ ਜੀ ਮੈਂ ਕਹਿੰਦਾ ਭਾਜੀ ਕੰਮ ਕਰਕੇ ਦੇਵਾਂਗੇ ਤੁਸੀਂ ਨੈਕਸਟ ਵੀ ਸਾਨੂੰ ਬਲਾਓ ਖੁਰੀਆਂ ਲਾ ਦੇ ਕੰਦ ਲਾਲ ਜੇ ਖੁਰੀਆਂ ਕਿੱਲੇ ਲੰਮੇ ਲਾਓ ਜੀ ਉਹ ਪਹਿਲੇ ਪਹਿਲੀ ਖੁਰੀ ਲਾ ਕੇ ਹਾਂ ਉਹ ਚੰਗੀ ਤਰ੍ਹਾਂ ਅੱਛਾ ਨਹੀਂ ਥੋੜੇ ਦੇ ਨਾਲ ਬਰਾਬਰ ਕਰਕੇ ਹਾਂ ਉੱਥੇ ਦੂਈ ਖੁਰੀ ਲਾ ਦੇਣੀ ਹੈ ਹਾਂ ਬਸ ਦਰਦ ਨਾ ਹੋਵੇ ਮੈਂ ਕਹਿੰਦਾ ਜੀ ਕੋਈ ਦਰਦ ਤੇ ਭਾਜੀ ਮਾੜੀ ਮੋਟੀ ਨਹੀਂ ਕਿੱਲਾ ਨਾਲ ਖੁਰੀਆਂ ਲਾ ਲਿਆ ਨਹੀਂ ਨਹੀਂ ਕਿੱਲਾ ਨਾਲ ਨਹੀਂ ਲਾਣੀਆਂ ਮਤਲਬ ਤੂੰ ਖੁਰੀਆਂ ਲਾਉਣੀਆਂ ਕਿ ਇਸ ਤੇ ਕੋ ਦਰਵਾਜ਼ਾ ਟਕਾਉਣ ਲੱਗੇ ਹੋਰ ਭਾਜੀ ਖੁਰੀਆਂ ਥੋਕ ਨਾ ਲੱਗਦੀਆਂ ਲਾਓ ਲੈ ਅਦਰ ਅੱਛਾ ਮਾਸ਼ਾਅੱਲਾ ਇਹ ਵੀ ਸ਼ੌਕ ਹੈ ਹਾਂਜੀ ਹਾਂਜੀ ਵਾਹ ਜੀ ਵਾਹ ਜੀ ਵਾਹ ਇਹਦੇ ਲਾਉਣੀ ਆ ਜੀ ਖੁਰੀਆਂ ਹਾਂਜੀ ਇਹਦੇ ਬਾਈ ਕੀ ਭਾਜੀ ਸ਼ੁਗਲ ਕਰਨ ਦਾ ਨਹੀਂ ਨਹੀਂ ਸ਼ੁਗਲ ਵਾਲੀ ਕਿਹੜੀ ਗੱਲ ਆ ਇਹਦੇ ਚ ਯਾਰ ਉਹ ਯਾਰ ਤੂੰ ਕਿਹੜਾ ਮਿਨੀ ਪੈਕ ਜਿਹਾ ਘੋੜਾ ਲਈ ਫਿਰਦਾ ਲੈ ਇਹਦੇ ਖੁਰੀਆਂ ਲਾਉਣੀਆਂ ਨਹੀਂ ਤੁਸੀਂ ਕਾਦੇ ਖੁਰੀਆਂ ਲਾਉਣੇ ਉਹ ਯਾਰ ਅਸੀਂ ਖੁਰੀਆਂ ਲਾਈਦੀਆਂ ਖੋਤੇ ਦੇ ਘੋੜੇ ਦੇ ਖੱਚਰ ਦੇ ਹਾਂ ਉਹ ਤੇ ਉਹਨਾਂ ਦੇ ਖੁਰੀਆਂ ਲੱਗਦੀਆਂ ਤੇ ਇਹਦੇ ਪੈਰ ਨਹੀਂ ਹੈਗੇ ਕਿਹਦੇ ਇਹਦੇ ਉਹ ਭਾਜੀ ਕੀ ਕਰਨ ਦਾ ਮੈਂ ਕਹਿੰਦਾ ਬੰਦਾ ਹੋਰ ਬੁਲਾ ਲੀਏ ਜਦੋਂ ਖੁਰੀਆਂ ਲਾਣੀਆਂ ਫਿਰ ਤੰਗ ਨਾ ਕਰੇ ਨਹੀਂ ਕਰਦਾ ਯਾਰ ਨਹੀਂ ਕਰਦਾ ਨਹੀਂ ਕਰਦਾ ਨਹੀਂ ਨਹੀਂ ਮਨੀ ਇਹਦੇ ਖੁਰੀਆਂ ਨਾ ਲਵਾਓ ਇਹਦੇ ਮੂੰਹ ਨੂੰ ਜੰਗਲਾ ਲਵਾਓ ਨਹੀਂ ਨਹੀਂ ਬਸ ਸਮ ਲੱਗੀ ਆ ਕਿਨੇ ਬਸ ਮਨੀ ਜਿਹੜਾ ਤੁਹਾਡੀ ਨਹੀਂ ਮੰਨਣ ਦੇ ਇੱਕ ਦੋ ਦਾ ਰੱਖਿਆ ਇਹ ਬਾਬਾ ਹੋ ਗਿਆ 8-9 ਮਹੀਨੇ ਦਾ ਬਸ ਮਨੀ 8-9 ਮਹੀਨੇ ਹੋ ਗਏ ਇਹ ਤੁਹਾਡੀ ਲਈ ਸੁਣਨ ਦੇ ਤੇ ਇਹਨੇ ਬਗਾਨੇ ਬੰਦੇ ਦੀ ਕਿੱਥੇ ਸੁਣਨੀ ਨਹੀਂ ਨਹੀਂ ਕੁਛ ਨਹੀਂ ਉਹ ਯਾਰ ਇਹਨੂੰ ਖੁਰੀਆਂ ਕੌਣ ਲਵਾਉਂਦਾ ਭਰਾਵਾ ਕੁਛ ਨਹੀਂ ਕਹਿੰਦਾ ਕੁਛ ਨਹੀਂ ਕਹਿੰਦਾ ਤੂੰ ਮੈਨੂੰ ਉੱਥੇ ਨਹੀਂ ਦੱਸ ਸਕਦਾ ਤੂੰ ਮੈਨੂੰ ਕਹਿਣ ਦੇ ਕਿ ਜਾਨਵਰ ਨੂੰ ਖੁਰੀਆਂ ਲਾਉਣੀਆਂ ਤੇ ਇਹ ਜਾਨਵਰ ਹੈ ਜਿਹੜਾ ਪ੍ਰੋਫੈਸਰ ਹੈ ਹੈ ਇਹ ਵੀ ਜਾਨਵਰ ਆ ਹਾਂ ਪ੍ਰੋਫੈਸਰ ਤੇਰੇ ਪਿਓ ਨੂੰ ਤਲীন ਦਿੰਦਾ ਰਿਹਾ ਹੈ ਇਹ ਆ ਕਿ ਕਿੱਲ ਕੁੱਲ ਨਹੀਂ ਲਾਉਣਾ ਕਿਉਂ ਤੇ ਬੜਾ ਲਾਡਲਾ ਹੈ ਉਹ ਭਾਜੀ ਇਹਨੂੰ ਮੈਂ ਕੁਛ ਵੀ ਨਹੀਂ ਲਾਉਣਾ ਕਿਉਂ ਵਜਾ ਉਹ ਨਹੀਂਓ ਭਰਾਵਾ ਕੀ ਹੋ ਗਿਆ ਪਾਗਲ ਨਾ ਤੂੰ ਤੇ ਇਹ ਆ ਕਿ ਕਿੱਲ ਨਹੀਂ ਲਾਉਣਾ ਵੈਸੇ ਤੂੰ ਐਲਫੀਨਾ ਲਾ ਦੇ ਮੈਜਕ ਨਾ ਲਾ ਦੇ ਜਾਂ ਫਿਰ ਹਾਂ ਜਾਂ ਤਸਮੇ ਵਾਲੀਆਂ ਲਾ ਦੇ ਤੇ ਤੈਨੂੰ ਭਰਾਵਾ ਟਪ ਟਪ ਸੁਣਨ ਦਾ ਸ਼ੌਕ ਆ ਹਾਂ ਕਿਤੇ ਮੈਮਰੀ ਕਾਰਡ ਚ ਭਰ ਆ ਲਾ ਨਹੀਂ ਉਹ ਇਹ ਆ ਨਾ ਕਿ ਇਹਨੂੰ ਇਸ ਸੜਕ ਤੇ ਮੇਰੇ ਨਾਲ ਜਾਂਦਾ ਹੋਵੇ ਤੇ ਮਜ਼ਾ ਆ ਜਵੇ ਇੱਕ ਵਾਰੀ ਤੇ ਭਾਜੀ ਇਹ ਜਦੋਂ ਤੁਹਾਡੇ ਨਾਲ ਸੜਕ ਤੇ ਜਾਂਦਾ ਹਾਂ ਤੁਸੀਂ ਮੂੰਹ ਨਾ ਕਰੀ ਜਾਓ ਉਹ ਯਾਰ ਕੁੱਤਿਆਂ ਨੂੰ ਖੁਰੀਆਂ ਕਾਉਣ ਲਾਉਂਦਾ ਕਾਉਣ ਲਾਉਂਦਾ ਗੁਰੀਆਂ ਕੁੱਤਿਆਂ ਨੂੰ ਭਗ ਲੋ ਗਿਆ ਤੁਸੀਂ ਇਹਦੇ ਨਾਲ ਉਹ ਤੁਸੀਂ ਦੋਵੇਂ ਹੀ ਆਪਣੇ ਆਪ ਨੂੰ ਲਵਾ ਲਓ ਆ ਦੇ ਆ ਦੇ ਹੁਣ ਕਹਿਣ ਡਿਆਈ ਕਿ ਮੈਨੂੰ ਖੁਰੀਆਂ ਲਾ ਮੈਨੂੰ ਖੁਰੀਆਂ ਲਾ ਮੈਨੂੰ ਖੁਰੀਆਂ ਲਾ ਆ ਵੀ ਇਹਨੇ ਨੁਕਰੇ ਮੈਨੂੰ ਲਾ ਲੈਣਾ ਨਹੀਂ ਕੁਛ ਨਹੀਂ ਜੰਦਾ ਕੁਛ ਨਹੀਂ ਲੱਪਣਾ ਸਮਝ ਲੱਗੀ ਹੈ ਮੇਰੀ ਧੋਤੀ ਦੀ ਅਲੀਣਾ ਕਰਾਉਣੀਆਂ ਤੁਸੀਂ ਤੁਸੀਂ ਬੰਦੇ ਉਹ ਯਾਰ ਇਨਸਾਨ ਬਣੀਦਾ ਹੁੰਦਾ ਯਾਰ ਨਹੀਂ ਨਹੀਂ ਤੂੰ ਲਾ ਯਾਰ ਪਾਜੀ ਕੀ ਅੱਲਾਹ ਦੀ ਕਸਮ ਓਏ ਮੈਨੂੰ ਲਾ ਕੇ ਆ ਓ ਚਮਲੇ ਜਾਨ ਦੀਏ ਮੈਨੂੰ ਲਾ ਕੇ ਆ ਮਾਮਾ ਉੱਥੇ ਕਹਿਣ ਦੇ ਜੀ ਜਾਨਵਰ ਨੂੰ ਖੁਰੀਆਂ ਲਾਉਣੀਆਂ ਉਹ ਕੁੱਤਿਆਂ ਨੂੰ ਖੁਰੀਆਂ ਕਾਣ ਲਾਉਂਦਾ ਪਾਜੀ ਇਹ ਵੀ ਜਾਨਵਰ ਹੀ ਆ ਸਰਕਾਰ ਮੈਂ ਤੁਹਾਨੂੰ ਖੁਰੀਆਂ ਲਾ ਸਕਦਾ ਕਿਉਂਕਿ ਤੂੰ ਖੋਤਾ ਨਮਾਨ ਇਨਸਾਨ ਆ ਇੱਕ ਖੱੱਚਰ ਨਮਾਨ ਇਨਸਾਨ ਆ ਮੇਰੀ ਸੁਣੋ ਗਾਲ ਦੁਨੀਆਂ ਦੇ ਆਖਰੀ ਪਾਗਲ ਬੰਦੇ ਯਾਰ ਤੁਸੀਂ ਜਾਨਵਰਾਂ ਨੂੰ ਖੁਰੀਆਂ ਲਾਉਣ ਵਾਸਤੇ ਆਏ ਹੋ ਉਹ ਜਾਨਵਰਾਂ ਨੂੰ ਤੇ ਜਾਨਵਰ ਨੂੰ ਖੁਰੀਆਂ ਲਾਓ ਜਾਨਵਰ ਮਾਮਾ ਕੱਲ ਨੂੰ ਆਜਾਂਗੇ ਕਿ ਕੁੱਕਰ ਨੂੰ ਖੁਰੀਆਂ ਲਾ ਦਿਓ ਤੇ ਕੁੱਕਰ ਨੂੰ ਵੀ ਲਾ ਦਿਈ ਤੇ ਤੈਨੂੰ ਕੀ ਮਸਲਾ ਓਏ ਯਾਰ ਉਹਨਾਂ ਨੂੰ ਨਹੀਂ ਖੁਰੀਆਂ ਲੱਗਦੀਆਂ ਭਰਾਵਾ ਹੈ ਮੈਂ ਕਿਹਾ ਜ਼ੋਰ ਨਾਲ ਕਿਲ ਠੋਕ ਦਿਵਾਉ ਉਹਦਾ ਅੰਡਾ ਡਿੱਗ ਪਵੇ ਉਹ ਮੈਨੂੰ ਵੱਢ ਦਵਾਵਾ ਦਵੇ ਜ਼ਿੰਮੇਦਾਰ ਕੌਣ ਆ ਯਾਰ ਤੁਸੀਂ ਪਾਗਲ ਆ ਯਾਰ ਤੇਰਾ ਕਿਲ ਕਿਹੜਾ ਉਹਦੇ ਅੰਡੇ ਚ ਵੱਜ ਜਾਣਾ ਜਾ ਕੇ ਉੱਤੇ ਲੈ ਜਾ ਚੱਲੇ ਆ ਤੁਸੀਂ ਭਾਜੀ ਖਤਨੇ ਕਰਦੇ ਆ ਲੈ ਖਤਨੇ ਕਰਦੇ ਆ ਔਖੋਤਾ ਚੋਬੇ ਆ ਤੁਹਾਡਾ ਕੁਛ ਨਹੀਂ ਹੁੰਦਾ ਉਹ ਮੈਂ ਨਹੀਂ ਉਹ ਲੈਣੇ ਪੈਸੇ ਚੱਲ ਪਰੇਓ ਮੇਰੀ ਗੱਲ ਸੁਣੋ ਚਲੋ ਲਾਓ ਸ਼ੁਰੂ ਕਰੋ ਜੀ ਬਿਸਮਿਲਹੁਲਹਿਮਦ ਉਹ ਯਾਰ ਕੀ ਸ਼ੁਰੂ ਕਰੀਏ ਇਹਨੂੰ ਖੁਰੀਆਂ ਉਹ ਭਾਜੀ ਇਹਨੂੰ ਖੁਰੀਆਂ ਨਹੀਂ ਲੱਗਦੀਆਂ ਤੁਹਾਨੂੰ ਕਿਹੜੇ ਪਾਗਲ ਨੇ ਕਿਹਾ ਯਾਰ ਖੁਰੀਆਂ ਓਏ ਸਮਝਣਾ ਇਹ ਹੈਗਾ ਇੱਥੇ ਫਰਸ਼ ਹਾਂਜੀ ਇਹ ਜਿੱਲੇ ਪਾਜਦਾ ਨਸਦਾ ਹੈ ਨਾ ਇਹਦੇ ਪੈਰ ਹੁੰਦੇ ਸਲਿੱਪ ਹਾਂ ਤੇ ਨਾ ਆਵਾਜ਼ ਕੋਈ ਨਹੀਂ ਹੁੰਦੀ ਦੌੜਨ ਭੱਜਣ ਦੀ ਇਹ ਆ ਕਿ ਇਥੇ ਫਰਸ਼ਤੇ ਦੌੜੇ ਭੱਜੇਗਾ ਤੇ ਆਵਾਜ਼ ਜ਼ਰਾ ਸੋਹਣੀ ਆਏਗੀ ਤੇ ਦਿਲ ਹੋਏਗਾ ਖੁਸ਼ ਉਹ ਭਾਜੀ ਆਵਾਜ਼ ਸੋਹਣੀ ਆਏਗੀ ਉੱਥੇ ਸਾਹਮਣੇ ਲੱਗਿਆ ਹੁੰਦਾ ਉੱਥੋਂ ਜੇ ਸਪੀਡ ਨਾ ਲੰਘੇ ਹੈ ਤੇ ਖੁਰੀਆਂ ਇੰਜ ਕਰੇ ਤੇ ਤਿਲਕ ਕੇ ਵੱਜੇ ਉੱਥੇ ਇਹਦੀ ਯਾਦਾਂ ਚਲੀ ਜਾਵੇ ਇਹਨੇ ਤਾਂ ਤੁਹਾਨੂੰ ਪਾੜਪੁੱਟ ਦੇਣਾ ਭਾਈ ਕੌਮੇ ਚਲੇ ਜਾਣਾ ਉਹ ਕੌਮੇ ਚ ਨਹੀਂ ਤबीयत ਦਵਾਜ਼ਾਰ ਵੀ ਹੋ ਸਕਦੀ ਹੈ ਇਹਨੂੰ ਖੁਰੀਆਂ ਯਾਰ ਕੌਣ ਲਵਾਉਂਦਾ ਮੈਂ ਉਹ ਤੂੰ ਤੇ ਭਾਈ ਪਾਗਲ ਆ ਫੇ ਪਤਾ ਨਹੀਂ ਉਦਾਂ ਦਾ ਏ ਚਬਲ ਜਿਆ ਤੂੰ ਮੈਨੂੰ ਉੱਥੇ ਦੱਸ ਕੇ ਕੁੱਤੇ ਨੂੰ ਖੁਰੀਆਂ ਲਾਉਣੀਆਂ ਕਿਸੇ 겁 ਮੇਰੀ ਗੱਲ ਜਜ਼ਬਾਤੀ ਨਾ ਹੋ ਤੈਨੂੰ ਜੋ 4 ਪੈਸੇ ਆਉਂਦੇ ਆ ਤੇ ਕਮਾ ਲੈ 4 ਪੈਸੇ ਤੂੰ ਕਮਾ ਲੈ ਲੈ ਮੈਂ ਕੰਮ ਹੀ ਨਹੀਂ ਕਰਦਾ ਮੈਂ ਕਿਵੇਂ ਕਮਾ ਲਵਾਂ ਮੈਂ ਕਹਿੰਦਾ ਭਾਈ ਨੂੰ ਸ਼ੁਰੂ ਕਰੀਏ ਉਹ ਭਾਜੀ ਤੁਸੀਂ ਸ਼ੁਰੂ ਨਾ ਕਰੋ ਇਹਨੂੰ ਉੱਥੇ ਡੱਕ ਦਿਓ ਆ ਲੋ ਉਹ ਸਿਗਰਟ ਵੀ ਪੀਂਦਾ ਜੇ ਉਹ ਖਦਾਦਖ ਆ ਲੈ ਇਹਨੇ ਅੱਗ ਲਾ ਦੇਣੀ ਆ ਤੁਹਾਨੂੰ ਓਏ ਇਹਨੂੰ ਖੁਰੀਆਂ ਨਹੀਂ ਲੱਗਦੀਆਂ ਅੱਲਾ ਪਾਕ ਦੀ ਕਸਮੇ ਮੈਂ ਅੱਲਾ ਨੂੰ ਹਾਜ਼ਰ ਨਾਜ਼ਰ ਜਾਣ ਕੇ ਕਹਿਣ ਦੇ ਆ ਮੈਂ ਕਦੀ ਨਹੀਂ ਇਹਨਾਂ ਨੂੰ ਖੁਰੀਆਂ ਲਗਦੀਆਂ ਦੇਖੀਆਂ ਕਿਸੇ ਨੇ ਅਜੇ ਤੱਕ ਨਹੀਂ ਲਾਈਆਂ ਉਹ ਯਾਰ ਕੁੱਤੇ ਨੂੰ ਨਹੀਂ ਲਾਈਆਂ ਭਾਈ ਖੋਤੇ ਘੋੜੇ ਲਗਦੀਆਂ ਖੱਚਰ ਨੂੰ ਲਗਦੀਆਂ ਯਾਰ ਲੈ ਯਾਰ ਤੂੰ ਲਾ ਕੇ ਵੇਖ ਤਸ ਪਰੇ ਹੋ ਜਾ ਪਰੇ ਹੋ ਜਾ ਸ਼ੁਰੂ ਕਰੀਏ ਕੰਮ ਮੈਂ ਤਾਂ ਕਹਿੰਦਾ ਪਾਪਾ ਜੀ ਅੱਲਾ ਪਾਕ ਦੀ ਕਸਮ ਐ ਇਹਨੂੰ ਨਹੀਂ ਖੁਰੀਆਂ ਲਾ ਉਹ ਭੰਦ ਵਰ ਗਿਆ ਨਹੀਂ ਓਏ ਨਾ ਪਾਪਾ ਜੀ ਮੈਨੂੰ ਜਾਣ ਦਿਓ ਮੈਨੂੰ ਮੇਰਾ ਹਨਾ ਮੇਰਾ ਦਿਲ ਦਾ ਵੀ ਮਸਲਾ ਮੈਂ ਤੁਹਾਡੇ ਤੇ ਪੈ ਜਾਣਾ ਜੇ ਯਾਰ ਤੇਰੇ ਸਾਰੇ ਮਸਲੇ ਹੱਲ ਹੋ ਜਾਣੇ ਤੂੰ ਇਹਨੂੰ ਖੁਰੀਆਂ ਲਾ ਓਏ ਇਹਨੂੰ ਮੈਂ ਖੁਰੀਆਂ ਕਿੱਥੇ ਲਾ ਦਵਾ ਪੈਰਾਂ ਤੇ ਇਹਨੂੰ ਦੁੱਧ ਦੁੱਧ ਤੇ ਲਾਓ ਇਹਨੂੰ ਬਿਸਕੂਟਾਂ ਤੇ ਲਾਓ ਤੁਸੀਂ ਇਹ ਕਿਹੜਾ ਕੰਮ ਕਰਨਾ ਕੁੱਤਾ ਖੁਰੀਆਂ ਤਲਵਾਉਂਦਾ ਯਾਰ ਦੁੱਧ ਬਿਸਕੂਟ ਤਾਂ ਲੱਗਾ ਹੋਇਆ ਅੱਗੇ ਓ ਯਾਰ ਇਹਨਾਂ ਨੂੰ ਨਹੀਂ ਲੱਗਦੇ ਹੁੰਦੇ ਮੈਂ ਇਹਨੂੰ ਕਿੱਲ ਠੋਕੇ ਇਹਨੇ ਮੈਨੂੰ ਕਦੋਂ ਸ਼ਾਬਾਸ਼ ਦੇਣੀ ਹੈ ਕੀ ਕਹਿਣਾ ਨੇ ਠੀਕ ਹੈ ਉਹ ਭਾਜੀ ਦਿਲ ਕਰੇ ਮੇਰੀ ਬਾਹ ਖਾਜੇ ਕਿੱਲ ਠੋਕਣ ਵਾਲੀ ਉਹ ਨਹੀਂ ਐਸਾ ਹੈ ਹੀ ਨਹੀਂ ਗਾਏ ਇਹ ਇਹ ਆ ਦੇਖੋ ਅਸ਼ਰੀਫ ਜੀ ਹੈ ਜਰਾ ਇਹ ਤਾਂ ਐਸਾ ਆਦਮੀ ਤਾਂ ਨਹੀਂ ਹੈ ਪਰੇ ਮਰੋ ਜਾਗੇ ਕਿਧਰ ਗਿਆ ਖੁਰੀਆਂ ਵਾਲਾ ਖੁਰੀਆਂ ਲੈ ਆ ਮੈਨੂੰ ਲਾ ਕੇ ਆ ਓਏ ਉਰੇ ਆ ਉਹ ਚੱਲ ਓਏ ਉਰੇ ਆ ਕੁੱਤੇ ਨੂੰ ਖੁਰੀਆਂ ਲਵਾਉਣੀਆਂ ਬੇਮਕੂਫ ਇਨਸਾਨ ਆ ਜਾ ਹਜ਼ਾਰ ਹੋਰ ਲੈ ਲਈ ਉਹ ਚੱਲ ਓਏ ਹਜ਼ਾਰ ਵਾਦ ਲੈ ਲਈ ਤੁਸੀਂ ਉਥੋਂ ਨੰਨੇ ਆ ਸਹੀ ਫਿਰ ਤੁਹਾਨੂੰ ਪੁੱਛਾਂਗਾ ਖੁਰੀਆਂ ਕਿਡੂ ਲਵਾਉਣੀਆਂ ਤੁਸੀਂ